ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਸਾਡੇ ਇਲਾਕਾ ਨਿਹਾਲ ਸਿੰਘ ਵਾਲੇ ਦੇ ਵਿੱਚ ਇੱਕ ਲੁੱਟਕੋ ਕਰਨ ਵਾਲੇ ਚੋਰ ਗਰੋਹ ਨੇ ਬੜੀ ਅੱਤ ਮਚਾਈ ਹੋਈ ਸੀ, ਜਿਹਦੇ ਮਗਰ ਅਸੀਂ ਕਾਫੀ ਸਮੇਂ ਤੋਂ ਉਹਨਾਂ ਦਾ ਪਿੱਛਾ ਕਰ ਰਹੇ ਸੀ, ਜਿਸ ਦੇ ਅਧੀਨ ਹੀ ਸਾਨੂੰ SHO ਸਾਹਿਬ ਅਤੇ ASI ਕਰਨੈਲ ਸਿੰਘ, SI ਬੇਅੰਤ ਸਿੰਘ ਦੀ ਟੀਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਇਹ ਲੁਟੇਰਿਆਂ ਦਾ ਚੋਰ ਗਰੋਹ ਪਿੰਡ ਬਾਣੂਕੇ ਵਿਖੇ ਇੱਕ ਆਹ ਤਖਤੂਪੁਰਾ ਮੇਲਾ, ਕਿਉਂਕਿ ਪੁਲਿਸ ਇੱਧਰ ਵਿਅਸਤ ਹੋ ਜਾਣੀ ਸੀ। ਸਾਡੇ ਇਲਾਕਾ ਨਿਹਾਲ ਸਿੰਘ ਵਾਲੇ ਦੇ ਵਿੱਚ ਇੱਕ ਲੁੱਟਕੋ ਕਰਨ ਵਾਲੇ ਚੋਰ ਗਰੋਹ ਨੇ ਬੜੀ ਅੱਤ ਮਚਾਈ ਹੋਈ ਸੀ, ਜਿਹਦੇ ਮਗਰ ਅਸੀਂ ਕਾਫੀ ਸਮੇਂ ਤੋਂ ਉਹਨਾਂ ਦਾ ਪਿੱਛਾ ਕਰ ਰਹੇ ਸੀ, ਜਿਸ ਦੇ ਅਧੀਨ ਹੀ ਸਾਨੂੰ SHO ਸਾਹਿਬ ਅਤੇ ASI ਕਰਨੈਲ ਸਿੰਘ, SI ਬੇਅੰਤ ਸਿੰਘ ਦੀ ਟੀਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਇਹ ਲੁਟੇਰਿਆਂ ਦਾ ਚੋਰ ਗਰੋਹ ਪਿੰਡ ਬਾਣੂਕੇ ਵਿਖੇ ਇੱਕ ਆਹ ਤਖਤੂਪੁਰਾ ਮੇਲਾ, ਕਿਉਂਕਿ ਪੁਲਿਸ ਇੱਧਰ ਵਿਅਸਤ ਹੋ ਜਾਣੀ ਸੀ, ਅਤੇ ਇਲਾਕਾ ਨਿਹਾਲ ਸਿੰਘ ਵਾਲੇ ਵਿਖੇ ਲੁੱਟਕੋ ਕਰਨ ਦੀ ਯੋਜਨਾ ਬਣਾ ਰਹੇ ਸੀ, ਜਿਨ੍ਹਾਂ ਦੇ ਵਿੱਚੋਂ ਅਸੀਂ ਮੁਸਤੈਦੀ ਦੇ ਨਾਲ 3 ਵਿਅਕਤੀਆਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਤੋਂ ਬਹੁਤ ਹੀ ਖਤਰਨਾਕ ਕਿਸਮ ਦੇ ਮਾਰੂ ਹਥਿਆਰ ਬਰਾਮਦ ਕੀਤੇ ਗਏ ਆ, ਅਤੇ ਬਾਕੀ ਬੰਦੇ ਵਿਅਕਤੀ ਉੱਥੋਂ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਏ, ਜਿਨ੍ਹਾਂ ਨੂੰ ਵੀ ਅਸੀਂ ਜਲਦੀ ਗ੍ਰਿਫਤਾਰ ਕਰ ਲਾਂਗੇ। ਟੋਟਲ ਕਿੰਨੇ ਬੰਦੇ ਸੀ? ਅਤੇ ਟੋਟਲ ਇਹਦੇ ਵਿੱਚ 9 ਤੋਂ 10 ਦੇ ਲਗਭਗ ਸੀਗੇ ਗੁੰਡੇ ਟਾਈਪ ਲਟੇਰੇ, ਅਤੇ ਇਹਨਾਂ ਨੇ ਜਦੋਂ ਅਸੀਂ ਇਹਨਾਂ ਦੀ ਪੜਤਾਲ ਕੀਤੀ ਤਾਂ ਇਹਨਾਂ ਨੇ 2018 ਦੇ ਵਿੱਚ ਮਾਣੂਕੇ ਵਿਖੇ ਹੀ ਇੱਕ ਪੈਟਰੋਲ ਪੰਪ ਤੋਂ ਲੁੱਟਖੋ ਕੀਤੀ ਸੀ। ਇਸੇ ਤਰ੍ਹਾਂ ਇੱਕ ਸਰਪੰਚ ਭੋਲਾ ਸਿੰਘ ਆ, ਉਹਦੇ ਘਰ ਦੇ ਵਿੱਚ ਹਮਲਾ ਕੀਤਾ ਸੀ, ਉਹਦੇ ਤਖਤੇ ਵੱਢਤੇ ਸੀ, ਜਿਹਦੇ ਕਰਕੇ ਪਿੰਡ ਬੜਾ ਖੌਫਜਾਤ ਸੀ। ਅਤੇ ਫਿਰ ਇਸੇ ਤਰ੍ਹਾਂ ਇਹਨਾਂ ਨੇ 2018 ਦੇ ਵਿੱਚ ਦਿਵਾਲੀ ਵਾਲੇ ਦਿਨ ਹੀ ਬਾਘਾ ਪੁਰਾਣਾ ਥਾਣੇ ਦੇ ਇੱਕ ਸੰਗਤਪੁਰੇ ਵਿਖੇ ਉੱਥੇ ਵੀ ਆਪਣੇ ਫਾਇਰਿੰਗ ਕੀਤੀ ਸੀ, ਜਿਹਦੇ ਸੰਬੰਧੀ ਇਹਨਾਂ 'ਤੇ 307 ਦਾ ਮੁਕੱਦਮਾ ਦਰਜ ਆ। ਅਤੇ ਫਿਰ ਇਸ ਤਰ੍ਹਾਂ ਇਸੇ ਗਰੋਹ ਨੇ ਹੀ ਇਹਦੇ ਪਿੰਡ ਦੇ ਵਿੱਚ ਇੱਕ ਪਿੰਡ ਦਾ ਨੌਜਵਾਨ ਮਾਣੂਕੇ ਵਿਖੇ ਆਪਦੇ ਪੱਠੇ ਲੈਣ ਸਵੇਰੇ ਸਵੇਰੇ ਜਾ ਰਿਹਾ ਸੀ, ਅਣਪਛਾਤੇ ਵਿਅਕਤੀਆਂ ਨੇ ਉਹਦੀ ਕੁੱਟਮਾਰ ਕਰਕੇ ਦੋਨੇ ਲੱਤਾਂ ਉਹਦੀਆਂ ਤੋੜ ਕੇ ਬਹੁਤ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਸੀ, ਅਤੇ ਉਹ ਵੀ ਅਜੇ ਸਾਡਾ ਅਣਸੁਲਝਿਆ ਕੇਸ ਸੀ। ਇਸ ਤੋਂ ਇਲਾਵਾ ਇਹਨਾਂ ਨੇ ਕਾਫੀ ਗਿਣਤੀ ਦੇ ਵਿੱਚ ਮੋਗੇ ਅਤੇ ਨੇੜੇ ਤੇੜੇ ਦੇ ਇਲਾਕਿਆਂ ਦੇ ਵਿੱਚ ਜਿਹੜੇ ਸ਼ਰਾਬ ਦੇ ਠੇਕਿਆਂ ਤੋਂ ਵੀ ਲੁੱਟਖੋ ਕੀਤੀ, ਹੋਰ ਮੋਟਰਸਾਈਕਲ ਖੋਏ ਸੀ, ਜਿਸ ਦੇ ਸੰਬੰਧੀ ਅਜੇ ਪੜਤਾਲ ਬਰੀਕੀ ਦੇ ਨਾਲ ਜਾਰੀ ਆ। ਹੁਣ ਇਹਨਾਂ ਤੋਂ ਕੀ ਬਰਾਮਦ ਕੀ ਹੋਇਆ ਜੀ? ਹੁਣ ਇਹਨਾਂ ਤੋਂ ਜਿਹੜੇ ਤੇਜ਼ਧਾਰ ਹਥਿਆਰ ਜਿਹਦੇ ਵਿੱਚ ਖੰਡੇ, ਕਿਰਪਾਨਾਂ, ਇੱਕ ਜਾਅਲੀ ਪਿਸਟਲ, 2 ਮੋਟਰਸਾਈਕਲ ਅਤੇ ਹੋਰ ਚੀਜ਼ਾਂ ਇਹਨਾਂ ਤੋਂ ਮੌਕੇ ਤੋਂ ਬਰਾਮਦ ਹੋਈਆਂ। ਹੁਣ 3 ਜਣੇ ਫੜੇ ਗਏ ਨੇ? ਹਾਂ, ਹੁਣ 3 ਜਣੇ ਫੜੇ ਗਏ ਆ। ਕਾਰਵਾਈ ਕੀ ਅਮਲ 'ਚ ਲਿਆ ਇਹਨਾਂ ਦੇ ਬਰਖਿਲਾਫ਼? ਅਸੀਂ ਮੁਕੱਦਮਾ ਨੰਬਰ 5 ਮਿਤੀ 16/1/2020 ਅੰਡਰ ਸੈਕਸ਼ਨ 399, 402 ਹੋਰ ਵਗੈਰਾ ਵਗੈਰਾ ਧਾਰਾ ਦੇ ਅਧੀਨ ਦਰਜ ਕੀਤਾ ਗਿਆ ਹੈ। Please subscribe our channel for more updates. You can follow us Twitter and Facebook. ਰੂਹਾਨੀ ਤੇ ਕਾਲੇ ਇਲਮ ਦੇ ਮਾਹਿਰ ਬੀਬੀ ਰਾਜਵਿੰਦਰ ਜੀ ਸਾਰੀਆਂ ਸਮੱਸਿਆਵਾਂ ਦਾ ਹੱਲ 2 ਘੰਟੇ ਵਿੱਚ ਘਰ ਬੈਠੇ। ਵਸ਼ੀਕਰਨ ਕਰਨਾ, ਮੁੱਠੀਕਰਨ ਕਰਨਾ ਜਾਂ ਤੜਵਾਉਣਾ, ਵਿਦੇਸ਼ ਯਾਤਰਾ ਵਿੱਚ ਰੁਕਾਵਟ, PR ਵਿੱਚ ਰੁਕਾਵਟ, ਲਵ ਮੈਰਿਜ ਪਿਆਰ 'ਚ ਰੁਕਾਵਟ, ਜੇਕਰ ਤੁਹਾਡਾ ਪਤੀ ਪਤਨੀ ਧੀ ਭੈਣ ਭਰਾ ਕਿਸੇ ਦੇ ਵਸ਼ 'ਚ ਹਨ, ਉਸ ਤੋਂ ਛੁਟਕਾਰਾ ਮੈਂ ਦਿਲਾਵਾਂਗੀ। ਲਾਟਰੀ ਚਾਹੇ ਕੋਈ ਵੀ ਹੋਵੇ, 649 ਲੋਟੋ ਮੈਕਸ ਜਾਂ ਮੈਗਾ ਮਿਲੀਅਨ ਗਰੰਟਿਡ ਨਿਕਲੇਗੀ। ਫੋਨ ਮਿਲਾਉਂਦੇ ਹੀ ਤੁਹਾਡੀ ਜ਼ਿੰਦਗੀ ਸਵਰ ਜਾਵੇਗੀ। ਸਾਰੀਆਂ ਸਮੱਸਿਆਵਾਂ ਦਾ ਹੱਲ 1125 ਰੁਪਏ 'ਚ ਗਰੰਟੀ ਨਾਲ ਕਰਾਓ। ਕਰੋ ਸੰਪਰਕ ਬੀਬੀ ਰਾਜਵਿੰਦਰ 81 466 7700 9।